ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦਾ ਲੋਕ ਕਵੀ ਹੋਇਆ ਸੰਤ ਰਾਮ ਉਦਾਸੀ, ਉਹ ਲਿਖਦਾ ਕਿ ਅਸੀਂ ਆਪਣਾ ਸਮਝ ਕੇ ਵੋਟ ਪਾਈ, ਇਹਨਾਂ ਵੋਟ ਦਾ ਸਿਲਾ ਵੀ ਤਾਰਿਆ ਨਾ, ਸਾਨੂੰ ਮਹਿੰਗ ਉਬਾਲਿਆ ਦੁੱਧ ਵਾਂਗੂ ਤੇ ਉੱਤੋਂ ਪਾਣੀ ਦਾ ਛਿੱਟਾ ਵੀ ਮਾਰਿਆ ਨਾ, ਸਾਨੂੰ ਮਹਿੰਗ ਉਬਾਲਿਆ ਦੁੱਧ ਵਾਂਗੂ ਉੱਤੋਂ ਪਾਣੀ ਦਾ ਛਿੱਟਾ ਵੀ ਮਾਰਿਆ ਨਾ, ਕਿ ਕੁੱਤੇ ਜਿਹੀ ਇਨਸਾਨ ਦੀ ਕਦਰ ਹੈ ਨਾ, ਕੁੱਤੇ ਜਿਹੀ ਇਨਸਾਨ ਦੀ ਕਦਰ ਹੈ ਨਾ। ਅੱਗੋਂ ਮੰਗਦੇ ਨੇ ਸਾਥੋਂ ਵਫਾਦਾਰੀ ਕਿ ਹੁਣ ਜਾਂ ਤਾਂ ਅਸੀਂ ਹੀ ਰਹਾਂਗੇ ਇਸ ਦੇਸ਼ ਅੰਦਰ ਤੇ ਜਾਂ ਫਿਰ ਰਹੇਗੀ ਇੱਥੇ ਸਰਮਾਏਦਾਰੀ। ਇਹ ਸਵਾਲ ਇਸ ਕਰਕੇ ਅਹਿਮ ਹੈ ਕਿਉਂਕਿ ਪੰਜਾਬ ਮਹਿਜ਼ ਇੱਕ ਸੂਬਾ ਨਹੀਂ, ਇੱਕ ਫਲਸਫਾ ਹੈ ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦਾ ਕਵੀ ਲਿਖਦਾ ਕਿ ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਂ ਤੇ। ਇਸ ਫਲਸਫੇ ਦੀ ਜਿਹੜੀ ਹੈਗੀ ਹੈ ਲੜਾਈ, ਇਸ ਫਲਸਫੇ ਨੂੰ ਬਚਾਉਣ ਦੀ ਹੈ ਕਿਉਂਕਿ ਇਸ ਫਲਸਫੇ ਦੇ ਰਾਹੀਂ ਹੀ ਅਸੀਂ ਜਿਹੜੀਆਂ ਇਹ ਲੜਾਈਆਂ ਲੜ ਰਹੇ ਹਾਂ। ਔਰ ਇਹ ਜਿਹੜੀ ਉਹਨਾਂ ਨੂੰ ਡਰ ਲੱਗਦਾ, ਉਹਨਾਂ ਨੂੰ ਡਰ ਮਹਿਜ਼ ਇੱਕ ਸੂਬੇ ਤੋਂ ਨਹੀਂ ਲੱਗਦਾ, ਉਹਨਾਂ ਨੂੰ ਡਰ ਇਸ ਫਲਸਫੇ ਤੋਂ ਲੱਗਦਾ। ਔਰ ਉਸ ਫਲਸਫੇ ਦਾ ਵਾਹਕ ਚਾਹੇ ਉਹ ਕੇਂਦਰ ਦੇ ਵਿੱਚ ਬੈਠਾ ਹੋਇਆ ਨਰਿੰਦਰ ਮੋਦੀ ਹੋਵੇ ਤੇ ਚਾਹੇ ਉਹਨਾਂ ਨਾਗਪੁਰ ਵਾਲਿਆਂ ਦਾ ਚੇਲਾ ਕੇਜਰੀਵਾਲ ਦਾ ਜਿਹੜਾ ਇੱਥੇ ਜਮਦੂਤ ਬਣ ਕੇ ਹੋਏ ਪੰਜਾਬ ਦੇ ਲੋਕਾਂ ਨਾਲ ਪੇਸ਼ ਆ ਰਿਹਾ ਭਗਵੰਤ ਮਾਨ ਹੋਵੇ, ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੀ ਇਹ ਪੰਜਾਬ ਨਾਲ ਕਰ ਰਹੇ ਹੈ ਪੰਜਾਬ ਯਾਦ ਰੱਖੂਗਾ। ਆਖਰ ਦੇ ਵਿੱਚ ਦੋ ਗੱਲਾਂ ਕਰਕੇ ਆਪਦੀ ਗੱਲ ਸਮਾਪਤ ਕਰਾਂ ਕਿ ਇੱਕ ਤਾਂ ਕਿ ਜਿਹੜਾ ਇਹਨਾਂ ਨੇ ਮੀਡੀਆ ਦੇ ਬਹੁਤ ਸਾਰੇ ਪੰਜਾਬ ਦੇ ਪ੍ਰਮੁੱਖ ਕਹਾਉਣ ਵਾਲੇ ਚੈਨਲਾਂ ਦੇ ਮੂੰਹ ਤੇ ਸਰਕਾਰੀ ਟੇਪ ਲਾਈ ਹੈ ਉਸ ਨੂੰ ਵੀ ਪੰਜਾਬ ਯਾਦ ਰੱਖੂ। ਤੇ ਉਸ ਤੋਂ ਬਾਅਦ ਜਿਹੜਾ ਡਰਾਮਾ ਜਿਹਾ ਰਚੀ ਜਾਂਦੇ ਹੈ ਕਿ ਜੀ ਅਦਾਲਤ ਦੇ ਕਹਿਣ ਤੇ ਇਹ ਫੈਕਟਰੀ ਚੱਲ ਰਹੀ ਹੈ, ਕਿ ਜੀ ਅਦਾਲਤ ਦੇ ਕਹਿਣ ਤੇ ਲਤੀਫੂਰੇ ਦੇ ਘਰ ਢਾਏ, ਕਿ ਜੀ ਅਦਾਲਤ ਦੇ ਕਹਿਣ ਤੇ ਬਰਗਾੜੀ ਮੋਰਚੇ ਦਾ ਇਨਸਾਫ ਨਹੀਂ ਹੋ ਰਿਹਾ, ਕਿ ਜੀ ਅਦਾਲਤ ਦੇ ਕਹਿਣ ਤੇ ਇਹ ਨਹੀਂ ਹੋ ਰਿਹਾ। ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਵੋਟਾਂ ਤੁਹਾਨੂੰ ਪਾਈਆਂ ਸੀ, ਵੋਟਾਂ ਅਦਾਲਤ ਨੂੰ ਨਹੀਂ ਪਾਈਆਂ ਸੀ। ਇਸ ਕਰਕੇ ਇਹ ਲੋਕ ਇਹ ਜਿਹੜਾ ਹੈਗਾ ਇਹ ਮੰਗਾਂ ਵੀ ਤੁਹਾਡੇ ਸਾਹਮਣੇ ਰੱਖਣਗੇ। ਤੇ ਆਖਰ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਲੋਕ ਤਸ਼ੱਦਦ ਦੇ ਨਾਲ ਡਰ ਜਾਣਗੇ ਕਿ ਚੁੱਪ ਹੋ ਜਾਣਗੇ, ਕਿਉਂਕਿ ਇਹ ਲੋਕ ਸਿੰਘੂ ਯੂਨੀਵਰਸਿਟੀ ਔਰ ਟਿੱਕਰੀ ਯੂਨੀਵਰਸਿਟੀ ਤੇ ਡਿਗਰੀਧਾਰੀ ਲੋਕ ਹੈ। ਇਹਨਾਂ ਨੇ ਸਵਾ ਸਾਲ ਉੱਥੇ ਮੋਰਚਾ ਲੜਨ ਦਾ ਜਿਹੜਾ ਢੰਗ ਸਿੱਖਿਆ ਔਰ ਇਹ ਪ੍ਰੈਕਟਿਸ ਕਰਕੇ ਆਏ ਹੋਏ ਲੋਕ ਹੈ। ਇਸ ਕਰਕੇ ਆਪਦੀ ਗੱਲ ਨੂੰ ਸਮਾਪਤ ਕਰਾਂ ਕਿ ਫੈਕਟਰੀ ਬੰਦ ਕਰਾਉਣੀ ਨਹੀਂ, ਫੈਕਟਰੀ ਬੰਦ ਹੋ ਚੁੱਕੀ ਹੈ। ਭਗਵੰਤ ਮਾਨ ਇਹ ਸੋਚ ਲਏ ਕਿ ਹੁਣ ਇਹ 6 ਮਹੀਨੇ ਹੋਰ ਕੁੱਤੇ ਖਾਣੀ ਕਰਾ ਕੇ ਜਾਂ ਸਾਲ ਕਰਾ ਕੇ ਇਹਨੂੰ ਪੱਕੇ ਤੌਰ ਤੇ ਸੀਲ ਕਰਨਾ ਜਾਂ ਅੱਜ ਹੀ ਕਰਨਾ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਦੇ ਨਾਲ ਆਪਣੀ ਗੱਲ ਨੂੰ ਸਮਾਪਤ ਕਰਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਗੱਲ ਯਾਦ ਦੇ ਵਿੱਚ ਰੱਖਣੀ ਹੈ ਕਿ ਇਸ ਫੈਕਟਰੀ ਨੂੰ ਸੀਲ ਕਰਨ ਤੋਂ ਛੋਟੀ ਗੱਲ ਤੇ ਕਿਸੇ ਵੀ ਤਰ੍ਹਾਂ ਇਸ ਗੱਲ ਦਾ ਇਸ ਸੰਘਰਸ਼ ਦਾ ਸਮਝੌਤਾ ਨਹੀਂ ਹੋ ਸਕਦਾ। ਇਸ ਹਕੂਮਤ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਜਿੰਨੀ ਛੇਤੀ ਸਮਝ ਲਵੇ ਉਨੀ ਛੇਤੀ ਉਹਨਾਂ ਦਾ ਜਿਹੜਾ ਭਲਾ ਹੈਗਾ ਇਹਨਾਂ ਗੱਲਾਂ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।